ਸਾਡੀ ਗੱਡੀ ਰੈਡੀ ਹੋ ਗਈ ਆ ਅਤੇ ਟਰਾਇਲ ਲੈਣ ਚੱਲੇ ਹਾਂ। ਆਹ ਸਕੈਂਡ ਲੱਗਾ ਆ ਅਤੇ ਉਹ ਨਾਲ ਮਿਸਤਰੀ ਚੱਲੇ ਦੋ ਤਿੰਨ, ਉਹਨਾਂ ਨੇ ਕੋਈ ਟਰਾਇਲ ਲੈਣੀ 15-20 ਕਿਲੋਮੀਟਰ ਜਾਵਾਂਗੇ, ਅਪ ਡਾਊਨ ਕਰਾਂਗੇ। ਜੇ ਕੋਈ ਪ੍ਰੋਬਲਮ ਆਈ ਤਾਂ ਦੱਸਾਂਗੇ ਉਹਨਾਂ ਨੂੰ ਵੀ ਆਹ ਪ੍ਰੋਬਲਮ ਆਉਣ ਡਈ, ਨਾਲ ਮਿਸਤਰੀ ਆ, ਉਹ ਫਿਰ ਵੇਖ ਕੇ ਚੈੱਕ ਕਰਕੇ ਅਤੇ ਫਿਰ ਦੱਸਣਗੇ ਵੀ ਗੱਡੀ ਓਕੇ ਆ ਅਤੇ ਫਿਰ ਗੱਡੀ ਬਾਹਰ ਨਿਕਲੂਗੀ ਇੱਥੋਂ ਕੰਪਨੀ 'ਚੋਂ। ਟਰਾਇਲ ਲੈਣ ਚੱਲੇ ਹਾਂ ਆਪਾਂ, ਕਲੱਚ ਸੈੱਟ ਕਰਕੇ ਰਹਿੰਦੇ ਹਾਂ। 3 ਨੰਬਰ ਅਤੇ 7 ਨੰਬਰ 'ਚ ਆਵਾਜ਼ ਆਉਂਦੀ ਹੈ ਗੇਅਰ ਲਾਉਣ ਲੱਗੇ, ਕਲੱਚ ਸੈੱਟ ਕਰ। ਗੱਡੀ ਦੀ ਟਰਾਈ ਲੈ ਕੇ ਆਏ ਹਾਂ ਅਤੇ ਜਿਹੜੀ ਗੇਅਰ ਦੇ ਵਿੱਚ ਆਵਾਜ਼ ਆਉਣ ਲਈ ਉਹ ਹਟੀ ਨਹੀਂ ਹੈ, ਅਤੇ ਹੁਣ ਆਉਂਦੇ ਆ ਵੀ ਗੇਅਰ ਦਾ ਐਲ ਚੈੱਕ ਕਰਨਾ ਪਵੇ। ਐਲ ਚੈੱਕ ਕਰਕੇ ਅਤੇ ਜੇ ਨਾ ਹੱਲ ਹੋਇਆ ਤਾਂ ਫਿਰ ਗੇਅਰ ਡਾਊਨ ਕਰਨਗੇ। ਕਲੱਚ ਕੁਲ ਸੈੱਟ ਕਰਕੇ ਵੇਖ ਲਿਆ ਪਰ ਆਵਾਜ਼ ਨਹੀਂ ਜਾਣ ਡਈ, ਗੇਅਰ ਦੇ ਵਿੱਚ ਆਵਾਜ਼ ਆਈ ਜਾਂਦੀ ਹੈ। ਮੇਰੇ ਕੋਲ ਗਾਹ ਦਾ ਕੀ ਮਿਲਦਾ ਅਪਡੇਟ ਕਰ ਦਿੰਦਾ ਮੈਂ। ਜਿਹੜੀ ਗੇਅਰ ਦੀ ਆਵਾਜ਼ ਆਉਣ ਡਈ ਉਹ ਕੰਪਲੀਟ ਨਹੀਂ ਹੋਈ, ਹੁਣ ਗੇਅਰ ਡਾਊਨ ਕਰਨਾ ਪੈਣਾ, ਗੇਅਰ ਡਾਊਨ ਕਰਨ ਲੱਗੇ, ਗੇਅਰ ਚੇਂਜ ਕਰਨ ਗਏ। ਦੇਖੋ ਕੀ ਪ੍ਰੋਬਲਮ ਨਿਕਲਦੀ ਹੈ ਵਿੱਚੋਂ, ਗੇਅਰ ਡਾਊਨ ਕਰਨ ਲੱਗੇ। ਜਿਹੜੀ ਗੇਅਰ ਦੀ ਆਵਾਜ਼ ਆਉਣ ਡਈ ਅਤੇ ਗੇਅਰ ਡਾਊਨ ਕਰ ਦਿੱਤਾ। ਹੁਣ ਸਵੇਰੇ ਆ ਕੇ ਵੇਖਣ ਕਿ ਛੁੱਟੀ ਦਾ ਟਾਈਮ ਹੋ ਗਿਆ, 5:30 ਹੋ ਗਏ ਆ। ਗੱਡੀ ਦਾ ਗੇਅਰ ਆ ਗਿਆ ਬਾਹਰ ਅਤੇ ਗੇਅਰ ਹੀ ਚੇਂਜ ਕਰ ਦੇਣ ਲੱਗੇ, ਨਾਲੇ ਵੀ ਰਿਪੇਅਰ ਕਰਦੇ ਟਾਈਮ ਲੱਗਣਾ ਵਾ। ਨਾਲੇ ਇਹ ਗੇਅਰ ਪਹਿਲਾਂ ਹੈਗਾ ਸੀ 8 ਗੇਅਰਾਂ ਵਾਲਾ, ਹੁਣ ਪਾਉਣਾ 9 ਸਪੀਡ ਵਾਲਾ, 9 ਗੇਅਰਾਂ ਨਾਲ ਪਾਉਣਾ ਇਹਨਾਂ ਗੇਅਰ। ਵਾਇਰਿੰਗ 'ਚ ਪ੍ਰੋਬਲਮ ਆਉਣ ਡਈ ਤਾਂ ਨਾ ਵਾਇਰਿੰਗ ਕੱਢਤੀ ਸਾਰੀ, ਏ ਡੀ ਸੀ ਦੀ ਪ੍ਰੋਬਲਮ ਆਉਣ ਡਈ, ਸਾਰੀ ਪਾਉਣ ਲੱਗੇ ਜੀ, ਬਾਹਰ ਚੈੱਕ ਕਰਨ ਲੱਗੇ ਪੰਜੀ ਖਾਂਦੇ ਪਾਉਣ ਡੇ। ਵਾਇਰਿੰਗ ਬਦਲਣ ਡੇ ਸੀ ਅਤੇ ਵਾਇਰਿੰਗ ਬਦਲਣ ਕਰਕੇ ਜਿਹੜਾ ਇਹਦਾ ਏ ਡੀ ਸੀ ਹੈ ਨਾ ਸਕੈਨ ਟੂਲ ਲੱਗਦਾ ਵਾ ਉਹ ਵਰਕ ਨਹੀਂ ਕਰਨ ਡਿਆ, ਅਤੇ ਉਹ ਇਹਨਾਂ ਨੂੰ ਪ੍ਰੋਬਲਮ ਪਤਾ ਨਹੀਂ ਲੱਗਣ ਡਈ ਅਤੇ ਅੱਜ ਹੋ ਗਈ ਛੁੱਟੀ। ਸਵੇਰੇ ਆ ਕੇ ਕਰਨਗੇ ਕੀ ਕਰਦੇ ਹੁਣ ਵੇਖੋ। ਪੂਰੀ ਵਾਇਰਿੰਗ 'ਚ ਫਾਸਟ ਨਹੀਂ ਲੱਭਣ ਡਿਆ, ਅਤੇ ਜਿਹੜੀ ਪਹਿਲਾਂ ਪਾਈ ਉਹ ਵੀ ਫਾਸਟ ਸੀ, ਜਿਹੜੀ ਦੂਜੀ ਪਾਈ ਉਹ 'ਚ ਵੀ ਫਾਸਟ ਨਹੀਂ ਲੱਭਿਆ, ਅਤੇ ਜਿਹੜਾ ਹੁਣ ਆਉਂਦੇ ਇਸ ਗੱਡੀ ਦੀ ਵਾਇਰਿੰਗ ਆ ਉਹ ਹੀ ਕਰਕੇ ਕੰਪਲੀਟ ਅਤੇ ਫਿਰ ਤੋਰੇ ਪਾਉਣੀ, ਨਵੀਂ ਵਾਇਰਿੰਗ ਪਾਈ ਫਾਸਟ ਨਹੀਂ ਨਿਕਲਣ ਡਿਆ, ਫਿਰ ਚੇਂਜ ਕਰਨ ਲੱਗੇ ਵਾਇਰਿੰਗ। ਆਪਣੀ ਗੱਡੀ ਦਾ ਗੇਅਰ ਬਾਹਰ ਆ ਗਿਆ ਅਤੇ ਗੇਅਰ ਚੇਂਜ ਕਰ ਦੇਣ ਲੱਗੇ ਆ, ਨਾਲੇ ਪਹਿਲਾਂ ਹੈਗਾ ਸੀ 8 ਗੇਅਰਾਂ ਵਾਲਾ ਅਤੇ ਇਹ ਹੁਣ ਹੈਗਾ ਵਾ 9 ਗੇਅਰ ਗਾਂ ਨੂੰ, ਆਹ ਆਪਣਾ ਗੇਅਰ ਆ ਗਿਆ 9 ਸਪੀਡ। ਪਹਿਲਾਂ ਆਉਂਦੇ ਤਾਂ ਗੇਅਰ ਚੇਂਜ ਕਰਨੇ ਆ, ਬਲਟਰੀ ਹਰ ਇੱਕ ਗੱਡੀ ਦਾ ਗੇਅਰ ਚੇਂਜ ਕਰਨਾ ਵੀ, ਜਦੋਂ ਘਾਟ ਸੈਸ਼ਨ 'ਤੇ ਜਾਂਦੀ ਗੱਡੀ ਦੱਬ ਜਾਂਦੀ ਸੀ, ਇਹ ਹੁਣ 10 ਗੇਅਰਾਂ ਵਾਲਾ ਜਿਹੜਾ ਗੇਅਰ ਪਿਓ ਪਿਆ ਜੀ, ਇਹ ਆਉਂਦੇ ਵੀ ਪਿਕਅਪ ਵੀ ਫਰਕ ਪਊਗਾ ਅਤੇ ਗੱਡੀ ਘਾਟ ਸੈਸ਼ਨ 'ਤੇ ਗੱਡੀ ਦੱਬਦੀ ਉਹ ਵੀ ਨਹੀਂ ਦੱਬੂਗੀ। ਵਾਇਰਿੰਗ ਗੇਅਰ ਦਾ ਕੰਮ ਸਾਰਾ ਹੋ ਗਿਆ, ਗੱਡੀ ਓਕੇ ਹੋ ਗਈ ਹੈ, ਬਾਕੀ ਸਵੇਰੇ ਸੀਟਾਂ ਸੁੱਟਾਂ ਲਾਵਾਂਗੇ ਫਿਰ ਰਵਾਨਾ ਕਰਾਂਗੇ ਇਹਨੂੰ ਦਿੱਲੀ ਵੱਲੋਂ। ਗੱਡੀ ਰੈਡੀ ਹੋ ਕੇ ਖਲੋਤੀ ਸੀ ਅਤੇ ਆਹ ਮੁੰਡੇ ਦੀ ਡਿਊਟੀ ਆ ਵੀ ਜਿੰਨੀਆਂ ਵੀ ਗੱਡੀਆਂ ਖਲੋਤੀਆਂ ਉਹਨਾਂ ਦੀਆਂ ਬੈਟਰੀਆਂ ਦੇ ਟਰਮੀਨਲ ਸਾਫ਼ ਕਰਨੇ ਆ, ਵੀ ਬੈਟਰੀਆਂ ਕਲੀਨ ਕਰਨ ਡਿਆ ਤੁਹਾਨੂੰ ਵਿਖਾਉਣਾ ਮੈਂ। ਟਰਮੀਨਲ ਜਿੰਨੇ ਵੀ ਸਾਰੇ ਸਾਫ਼ ਕਰਨੇ ਮੈਂ ਟੋਟਲ ਗੱਡੀਆਂ ਦੇ, ਇਹ ਪਾਰਕਿੰਗ ਗੱਡੀ ਰੈਡੀ ਹੋ ਗਈ ਅੱਜ ਪੂਰੀ ਕੰਪਲੀਟ ਆ, ਪੇਪਰ ਪੁਪਰ ਸਭ ਕੰਪਲੀਟ ਹੋ ਗਏ ਆ ਅਤੇ ਬਸ ਹੁਣ ਭਰਮ ਜਾਣਾ ਜਾਂਦੇ ਵੀ ਲੰਚ ਹੋ ਗਿਆ ਵਾ, 3 ਵਜੇ ਆਇਓ
ਗੱਡੀ ਰੈਡੀ ਆ।